ਡੇਲੀ ਪੋਸਟ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਤਿੰਦਰ ਸ਼ਰਮਾ ਸਵਾਗਤ ਕਰਦਾ ਹਾਂ। ਅੱਜ ਅਸੀਂ ਗੱਲ ਕਰਾਂਗੇ ਪਿਆਜ਼ ਦੀ। ਪਿਆਜ਼ ਦੇ ਰੇਟ ਇੰਨੇ ਕੁ ਵੱਧ ਗਏ ਨੇ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਅਤੇ ਰਸੋਈ ਦਾ ਬਜਟ ਇਹਨੇ ਚੰਗੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ ਅਤੇ ਸਾਡੇ ਨਾਲ ਕੁਛ ਗ੍ਰਹਿਣੀਆਂ ਨੇ, ਅਸੀਂ ਇਹਨਾਂ ਤੋਂ ਪੁੱਛਾਂਗੇ ਕਿ ਪਿਆਜ਼ ਦੇ ਉਹਦਾ ਇਸਤੇਮਾਲ ਉਹ ਕਿਸ ਤਰ੍ਹਾਂ ਕਰਦੀਆਂ ਨੇ ਆਪਣੀ ਰਸੋਈ ਦੇ ਵਿੱਚ। ਜੀ ਮੈਡਮ, ਤੁਹਾਡਾ ਨਾਮ ਕਿਹਾ ਜੀ? ਸੋਨਾ ਲੂਥਰਾ ਸਰ। ਹਾਂਜੀ, ਪਿਆਜ਼ ਦਾ ਹੁਣ ਕਿਸ ਤਰ੍ਹਾਂ ਇਸਤੇਮਾਲ ਕਰ ਰਹੇ ਹੋ ਤੁਸੀਂ? ਬਹੁਤ ਭਈਆ ਕੰਜੂਸੀ ਜਿਸ ਤਰ੍ਹਾਂ ਸਮਝ ਲਓ ਕੀਤੀ ਜਾ ਰਹੀ ਹੈ, ਕਿਉਂਕਿ ਬਜਟ ਤੋਂ ਬਾਹਰ ਹੀ ਹੈ, ਰੇਟ ਕਾਫੀ ਹਾਈ ਹੋ ਚੁੱਕਾ, ਇਸ ਲਈ ਮੁਸ਼ਕਲ ਹੈ ਪਿਆਜ਼ ਦਾ ਯੂਜ਼ ਕਰਨਾ। ਅਤੇ ਪਹਿਲਾਂ ਤੁਸੀਂ ਪਿਆਜ਼ 5-7 ਪਾਉਂਦੇ ਹੋਗੇ ਸਬਜ਼ੀ ਦੇ ਵਿੱਚ, ਤਾਂ ਹੁਣ ਪਿਆਜ਼ ਕਿੰਨੇ ਪੈਂਦੇ ਨੇ ਸਬਜ਼ੀ ਦੇ ਵਿੱਚ? ਸਰ ਇੱਕ ਹੀ ਪਾਈਦਾ, ਕਿਉਂਕਿ ਕੋਸਟਲੀ ਇੰਨਾ ਆ, ਬਜਟ ਦੇ ਬਾਹਰ ਹੀ ਹੈ, ਤੁਹਾਨੂੰ ਪਹਿਲਾਂ ਹੀ ਕਿਹਾ ਮੁਸ਼ਕਲ ਹੋ ਰਹੀ ਹੈ। ਇਸੇ ਤਰ੍ਹਾਂ ਅਸੀਂ ਹੋਰ ਗ੍ਰਹਿਣੀਆਂ ਨਾਲ ਗੱਲ ਕਰਦੇ ਹਾਂ। ਅਤੇ ਤੁਹਾਡਾ ਨਾਮ ਕੀ ਮੈਡਮ? ਮਨੂ ਸ਼ਰਮਾ। ਅਤੇ ਤੁਸੀਂ ਆਪਣੀ ਰਸੋਈ ਦੇ ਵਿੱਚ ਪਿਆਜ਼ ਕਿਸ ਤਰ੍ਹਾਂ ਇਸਤੇਮਾਲ ਕਰਦੇ ਹੋ? ਬਹੁਤ ਹੀ ਕੰਜੂਸੀ ਨਾਲ ਯੂਜ਼ ਕਰਨਾ ਪੈ ਰਿਹਾ ਹੈ, ਕਿਉਂਕਿ ਪਿਆਜ਼ ਬਿਲਕੁਲ ਸੋਨੇ ਦੇ ਭਾਅ ਇਸ ਤਰ੍ਹਾਂ ਮਿਲ ਰਿਹਾ ਕਿ ਪੁੱਛੋ ਹੀ ਨਾ, ਬਹੁਤ ਹੀ ਕੰਜੂਸੀ ਨਾਲ ਯੂਜ਼ ਕਰਨਾ ਪੈ ਰਿਹਾ। ਪਹਿਲਾਂ ਤੁਸੀਂ ਪਿਆਜ਼ ਕਿੰਨੇ ਖਰੀਦਦੇ ਸੀ ਅਤੇ ਹੁਣ ਕਿੰਨੇ ਕੁ ਪਿਆਜ਼ ਲੈਂਦੇ ਹੋ ਅਤੇ ਕਿਸ ਤਰ੍ਹਾਂ ਇਸਤੇਮਾਲ ਕਰਦੇ ਹੋ? ਪਹਿਲੇ ਤਾਂ ਅਸੀਂ ਕਿਲੋ ਦੇ ਹਿਸਾਬ ਨਾਲ ਜਾਂ 2 ਕਿਲੋ ਇਸ ਤਰ੍ਹਾਂ ਪਏ ਰਹਿੰਦੇ ਸੀਗੇ, ਬਟ ਹੁਣ ਤਾਂ 1/2 ਕਿਲੋ ਲੈਣ ਵੇਲੇ ਵੀ ਸੋਚਣਾ ਪੈ ਰਿਹਾ। ਅਤੇ ਪਿਆਜ਼ ਦੇ ਨਾਲ ਨਾਲ ਇਹਦੇ ਵਿੱਚ ਜੀਰੇ ਨੇ ਵੀ ਜਗ੍ਹਾ ਲੈ ਲਿੱਤੀ ਮੇਰੇ ਖਿਆਲ ਨਾਲ, ਹੈ ਨਾ? ਕਈ ਘਰਾਂ ਦੇ ਵਿੱਚ ਪਿਆਜ਼ ਦਾ ਇਸਤੇਮਾਲ ਘੱਟ ਅਤੇ ਜੀਰਾ ਜ਼ਿਆਦਾ ਇਸਤੇਮਾਲ ਹੋਣ ਲੱਗ ਪਿਆ। ਹਾਂਜੀ ਬਿਲਕੁਲ, ਜ਼ਿਆਦਾ ਜੀਰਾ ਹੀ ਯੂਜ਼ ਕਰਨਾ ਪੈ ਰਿਹਾ, ਪਿਆਜ਼ ਤਾਂ ਬਿਲਕੁਲ ਹੀ ਬਸ ਬਹੁਤ ਹੀ ਘੱਟ ਹੋ ਗਿਆ ਆ। ਜਿਵੇਂ ਕਿ ਪਿਆਜ਼ ਦੇ ਰੇਟ ਇੰਨੇ ਵਧੀ ਜਾਂਦੇ ਪਏ, ਅਤੇ ਤੁਸੀਂ ਸਰਕਾਰ ਅੱਗੇ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਦੇ ਪਿਆਜ਼ ਦੇ ਰੇਟ ਹੋਣੇ ਚਾਹੀਦੇ ਨੇ? ਰੇਟ ਤਾਂ ਘਟਣਾ ਚਾਹੀਦਾ ਆ, ਬਈ ਰਸੋਈ 'ਚ ਵੀ ਪਿਆਜ਼ ਨਹੀਂ ਲੱਭਣ ਡਿਆ ਸਾਨੂੰ, ਬਈ ਇੰਨੇ ਮਹਿੰਗੇ ਹੋ ਰਹੇ ਆ, 1/2 ਕਿਲੋ ਪਿਆਜ਼ ਲਿਆ ਕੇ ਵਰਤੋਂ ਕਰਨ ਡਏ ਹਾਂ, ਉਹਦੇ 'ਚੋਂ ਵੀ 1 ਬਰਤਨ ਕਰੀਦਾ, ਬਹੁਤੇ ਨਹੀਂ ਕਰੀਦੇ ਜੂਸ, ਬਈ ਤੁੜਕਾ ਸਬਜ਼ੀ ਨੂੰ ਲਾਈਦਾ, ਟਮਾਟਰ ਅਦਕ ਦਾ ਤਾਂ ਪਿਆਜ਼ ਪਾਉਣ ਦੀ ਹਿੰਮਤ ਹੀ ਨਹੀਂ ਹੈਗੀ ਹੁਣ, ਬਈ ਇੰਨੇ ਮਹਿੰਗੇ ਹੋ ਗਏ ਆ। ਜੀ ਇਹ ਸਨ ਗ੍ਰਹਿਣੀਆਂ ਜਿਨ੍ਹਾਂ ਨੇ ਦੱਸਿਆ ਕਿ ਪਿਆਜ਼ ਦੇ ਰੇਟ ਇੰਨੇ ਵੱਧ ਚੁੱਕੇ ਨੇ, ਜਿਨ੍ਹਾਂ ਨੇ ਰਸੋਈ ਦਾ ਬਜਟ ਬਿਲਕੁਲ ਹਿਲਾ ਕੇ ਰੱਖ ਦਿੱਤਾ। ਪਹਿਲਾਂ ਗ੍ਰਹਿਣੀਆਂ ਇਸਤੇਮਾਲ ਕਰਦੀਆਂ ਸੀ 5-5 ਕਿਲੋ ਪਿਆਜ਼ ਲੈਂਦੀਆਂ ਸੀ ਘਰ ਦੇ ਵਿੱਚ, 2 ਕਿਲੋ, ਪਰ ਹੁਣ 1/2 ਕਿਲੋ ਤੋਂ ਵੱਧ ਪਿਆਜ਼ ਲੈਣ ਦੀ ਕਿਸੇ ਵਿੱਚ ਹਿੰਮਤ ਨਹੀਂ ਹੈ, ਅਤੇ ਪਿਆਜ਼ ਦਾ ਵਰਤੋਂ ਵੀ 5 ਥਾਂ 'ਤੇ 1 ਪਿਆਜ਼ ਹੀ ਦਿਨ ਦਾ ਵਰਤਿਆ ਜਾ ਰਿਹਾ ਹੈ। ਕੈਮਰਾਮੈਨ ਜਵੇਸ਼ ਦੇ ਨਾਲ ਜਤਿੰਦਰ ਸ਼ਰਮਾ, ਡੇਲੀ ਪੋਸਟ, ਪੰਜਾਬੀ।